ਲੋਕ ਸਭਾ ਚੋਣਾਂ ਨੂੰ ਲੈ ਕੇ ਸਜੇ ਮੈਦਾਨ ਅੰਦਰ ਮੌਜੂਦਾ ਹੁਕਮਰਾਨ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬਸਪਾ, ਆਜ਼ਾਦ ਉਮੀਦਵਾਰ ਵੋਟਰਾਂ ਦੇ ਬੂਹੇ ਤੇ ਦਸਤਕ ਦੇਣ ਜਾ ਰਹੇ ਹਨ। ਪਰ ਦੇਸ਼ ਦੀ ਸੱਤਾ ਤੇ ਕਾਬਜ ਭਾਜਪਾ ਨੇ ਸੰਗਰੂਰ ਲੋਕ ਸਭਾ ਤੋਂ ਆਪਣਾ ਉਮੀਦਵਾਰ ਹਜੇ ਨਹੀਂ ਐਲਾਨਿਆ ਹੈ। ਜ਼ਿਮਨੀ ਚੋਣਾਂ ਵਿੱਚ ਕਸ਼ਮਕਸ਼ ਮੁਕਾਬਲੇ ਵਿੱਚ ਥੋੜੇ ਫਰਕ ਨਾਲ ਜੇਤੂ ਰਹੇ ਮੌਜੂਦਾ ਪਾਰਲੀਮੈਂਟ ਮੈਂਬਰ ਸਿਮਰਨਜੀਤ ਸਿੰਘ ਮਾਨ ਦੁਬਾਰਾ ਅਖਾੜੇ ਦੇ ਵਿੱਚ ਹਨ, ਜਦਕਿ ਕਾਂਗਰਸ ਨੇ ਹੀ ਉਹਨਾਂ ਵਰਗੀ ਹੀ ਵਿਚਾਰਧਾਰਾ ਰੱਖਣ ਵਾਲੇ ਬੇਬਾਕ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੂੰ ਦੁਆਬੇ ਤੋਂ ਲਿਆ ਕੇ ਸੀਪ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਾਬਕਾ ਵਿਧਾਇਕ ਇਕਬਾਲ ਸਿੰਘ ਚੁੰਦਾ ਨੂੰ ਵੋਟਰਾਂ ਦੀ ਤਕੜੀ ਵਿੱਚ ਤੋਲਣ ਲਈ ਉਤਾਰ ਦਿੱਤਾ ਹੈ। ਪਿਛਲੀ ਅੱਧੀ ਸਦੀ ਤੋਂ ਦਲਿਤ ਸਮਾਜ ਨੂੰ ਸਿਆਸੀ ਧੁਰਾ ਬਣਾ ਕੇ ਹਾਥੀ ਤੇ ਸਵਾਰ ਬਸਪਾ ਵੱਲੋਂ ਡਾਕਟਰ ਮੱਖਣ ਸਿੰਘ ਨੂੰ ਕਮੀਆਂ ਦੇ ਵਿਹੜੇ ਦਾ ਸੂਰਜ ਬਣਾ ਕੇ ਭੇਜਿਆ ਹੈ। ਕਾਂਗਰਸ ਸਰਕਾਰ ਸਮੇਂ ਨੌਕਰੀ ਤੋਂ ਬਰਖਾਸਤ ਬਲਵਿੰਦਰ ਸਿੰਘ ਸੇਖੋਂ ਆਜ਼ਾਦ ਉਮੀਦਵਾਰ ਵਜੋਂ ਵੱਡੀ ਲਲਕਾਰ ਬਣ ਕੇ ਸਿਆਸਤ ਦੇ ਖਿਡਾਰੀਆਂ ਨੂੰ ਟੱਕਣਗੇ। ਇਨ੍ਹੀਂ ਦਿਨੀਂ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਕਰਕੇ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ, ਪਰ ਲੋਕ ਹਾੜੀ ਦੀ ਫਸਲ ਦੀ ਕਟਾਈ ਨੂੰ ਲੈ ਕੇ ਵਿਅਸਤ ਹਨ। ਇਹ ਸੀਜ਼ਨ ਅਗਲੀ 10 ਮਈ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਵੱਡੀ ਚੁਣੌਤੀ ਫਿਲਹਾਲ ਪਰਮਿੰਦਰ ਸਿੰਘ ਢੀਂਡਸਾ ਧੜੇ ਦੀ ਹੈ, ਜਿਨ੍ਹਾਂ ਦੇ ਵਰਕਰਾਂ ਵੱਲੋਂ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਵਲਵਲੇ ਜ਼ਾਹਿਰ ਕੀਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਕਬਾਲ ਸਿੰਘ ਚੁੰਦਾ ਨੂੰ ਆਪਣਾ ਉਮੀਦਵਾਰ ਬਣਾ ਕੇ ਵੋਟਰਾਂ ਦੀ ਤਕੜੀ ਵਿੱਚ ਉਤਾਰਨ ਲਈ ਭੇਜਿਆ ਹੈ, ਪਰ ਉਹ ਆਪ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਨਾਲ ਸੰਬੰਧਿਤ ਹਨ, ਜਿਨ੍ਹਾਂ ਦਾ ਆਪਣਾ ਨਿੱਜੀ ਹਲਕਾ ਅਮਰਗੜ੍ਹ ਸੰਗਰੂਰ ਪਾਰਲੀਮੈਂਟ ਦਾ ਹਿੱਸਾ ਨਹੀਂ ਹੈ। ਇਸੇ ਕਰਕੇ ਉਹਨਾਂ ਨੂੰ ਆਪਣੀ ਨਿੱਜੀ ਕਈ ਹਜ਼ਾਰ ਵੋਟ ਤੋਂ ਸੱਖਣੇ ਰਹਿਣਾ ਪਵੇਗਾ। ਖਾਲਿਸਤਾਨ ਦੀ ਸਿਆਸਤ ਕਰਨ ਵਾਲੇ ਬਜ਼ੁਰਗ ਆਗੂ ਸਿਮਰਨਜੀਤ ਸਿੰਘ ਮਾਨ, ਜੋ ਕਿ ਪਿਛਲੇ ਸਮੇਂ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਦੀ ਬੇਵਕਤੀ ਮੌਤ ਕਾਰਨ ਆਪ ਸਰਕਾਰ ਨਾਲ ਨਾਰਾਜ਼ ਵੋਟ ਬੈਂਕ ਨੂੰ ਖਿੱਚਣ ਦੇ ਵਿੱਚ ਸਫਲ ਰਹੇ ਸਨ। ਉਹਨਾਂ ਭਾਈ ਅੰਮ੍ਰਿਤਪਾਲ ਸਿੰਘ, ਭਾਈ ਹਰਦੀਪ ਸਿੰਘ ਨਿੱਜਰ, ਅਮਰੀਕ ਸਿੰਘ ਖੰਡਾ ਵਰਗੇ ਨੌਜਵਾਨਾਂ ਦੀ ਗੱਲ ਵੀ ਚੁੱਕੀ ਹੈ, ਪਰ ਵੋਟਰਾਂ ਦੇ ਵਿੱਚ ਇਸ ਦਾ ਕੀ ਪ੍ਰਭਾਵ ਪਵੇਗਾ ਇਹ ਵੇਖਣਾ ਹੋਵੇਗਾ। ਐਤਕੀ ਸੁਖਪਾਲ ਸਿੰਘ ਖਹਿਰਾ ਨਾਲ ਸੈਮੀਫਾਈਨਲ ਵਿੱਚ ਸ਼ਰੇਆਮ ਭਿੜਦੇ ਦਿਖਾਈ ਦਿੰਦੇ ਹਨ। ਜੇਕਰ ਬਾਗੀ ਤਬੀਅਤ ਵਾਲੀ ਵੋਟ ਖਹਿਰਾ ਖਿੱਚਣ ਦੇ ਵਿੱਚ ਕਾਮਯਾਬ ਹੋ ਗਏ ਤਾਂ ਮਾਣ ਲਈ ਦਿੱਲੀ ਦੂਰ ਹੋ ਸਕਦੀ ਹੈ। ਕਾਂਗਰਸ ਨੂੰ ਪੰਜਾਬ ਦੀ ਸੱਤਾ ਵਿੱਚ ਵਾਪਸੀ ਲਈ ਬੇਸ਼ੱਕ ਹਰ ਹਲਕੇ ਵਿੱਚ ਚੰਗੇ ਉਮੀਦਵਾਰ ਦੀ ਅਗਵਾਈ ਮਿਲੀ ਹੈ, ਪਰ ਪਾਰਟੀ ਦੀ ਅੰਦਰੂਨੀ ਫੁੱਟ ਵੀ ਜਗ ਜਾ ਰਿਹਾ। ਖਹਿਰਾ ਹਲਕਾ ਸੰਗਰੂਰ ਵਿੱਚ ਵੋਟਰਾਂ ਨੂੰ ਮਿਲਣ ਤੋਂ ਪਹਿਲਾਂ ਆਪਣਿਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਕਾਂਗਰਸ ਦੇ ਹਰ ਹਲਕੇ ਵਿੱਚ ਦੋ ਜਾਂ ਇਸ ਤੋਂ ਵੱਧ ਧੜੇ ਹਨ ਜੋ ਇੱਕ ਦੂਜੇ ਨੂੰ ਵਿਰੋਧੀਆਂ ਵਾਂਗ ਟੱਕਰਦੇ ਹਨ। ਅਜਿਹੇ ਵਿੱਚ ਕਾਂਗਰਸ ਕਈ ਵਾਰੀ ਪਛੜਦੀ ਨਜ਼ਰ ਆਈ ਹੈ। ਮੌਜੂਦਾ ਸਰਕਾਰ ਵੱਲੋਂ ਨੌਜਵਾਨ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੈਦਾਨ ਵਿੱਚ ਉਤਾਰਨ ਦਾ ਮੁਕਾਬਲਾ ਸਖਤ ਬਣ ਗਿਆ ਹੈ। ਖੇਡ ਮੰਤਰੀ ਮੀਤ ਹੇਅਰ ਨੇ ਬੇਸ਼ੱਕ ਪੰਜਾਬ ਦੀ ਖੇਡ ਨੀਤੀ ਵਿੱਚ ਵੱਡੇ ਸੁਧਾਰ ਕੀਤੇ ਹਨ, ਪਰ ਕਬੱਡੀ ਖੇਡ ਜਗਤ ਉਹਨਾਂ ਨਾਲ ਇੱਕ ਦੋ ਘਟਨਾਵਾਂ ਨੂੰ ਇਨਸਾਫ਼ ਦੀ ਰੋਸ਼ਨੀ ਤੱਕ ਨਾ ਲੈ ਕੇ ਜਾਣ ਕਾਰਨ ਨਾਰਾਜ਼ ਵੀ ਹੈ, ਜਿਵੇਂ ਕਿ ਪ੍ਰਸਿੱਧ ਕਬੱਡੀ ਖਿਡਾਰੀ ਸਵਰਗੀ ਸੰਦੀਪ ਸਿੰਘ ਸੰਧੂ ਨੰਗਲ ਅੰਬੀਆਂ ਦੀ ਮੌਤ ਬਾਰੇ ਸਰਕਾਰ ਤੇ ਖੇਡ ਵਿਭਾਗ ਪੰਜਾਬ ਨੇ ਕੋਈ ਇਨਸਾਫ਼ ਵੱਲ ਲੋਕਾਂ ਨੂੰ ਯਕੀਨ ਦਿਵਾਉਣ ਵਾਲਾ ਕਦਮ ਨਹੀਂ ਪੁੱਟਿਆ। ਜਲੰਧਰ ਚੋਣ ਸਮੇਂ ਪਰਿਵਾਰ ਨੂੰ ਵਿਸ਼ਵਾਸ ਵਿੱਚ ਲੈ ਕੇ ਸਿਰਫ ਸਿਆਸਤ ਹੀ ਖੇਡੀ ਗਈ ਹੈ। ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਸੇਖੋਂ, ਸਾਬਕਾ DSP, ਪਿਛਲੇ ਕਈ ਮਹੀਨਿਆਂ ਤੋਂ ਬਰਨਾਲਾ ਸੰਗਰੂਰ ਦੇ ਵਿੱਚ ਸਰਗਰਮ ਹਨ, ਜੋ ਸਰਕਾਰ ਤੇ ਸਿਸਟਮ ਦੀਆਂ ਵਧੀਕੀਆਂ ਦਾ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ। ਬਾਗੀ ਸੁਰਾਂ ਅਲਾਪਣ ਵਾਲੇ ਲੋਕਾਂ ਦਾ ਹਲਕਾ ਹੋਣ ਕਾਰਨ ਸੇਖੋਂ ਨੇ ਇਸ ਨੂੰ ਚੁਣਿਆ ਹੈ। ਡਾਕਟਰ ਮੱਖਣ ਸਿੰਘ ਨੂੰ ਬਸਪਾ ਨੇ ਆਪਣਾ ਉਮੀਦਵਾਰ ਬਣਾਇਆ ਹੈ। ਪਿਛਲੇ ਸਮੇਂ ਤੋਂ ਅਕਾਲੀ ਦਲ ਬਾਦਲ ਨਾਲ ਗਠਜੋੜ ਵਿੱਚ ਰਹੇ ਬਸਪਾ ਇਸ ਵਾਰੀ ਇਕੱਲੀ ਚੋਣ ਲੜ ਰਹੀ ਹੈ।
ਹਮੇਸ਼ਾ ਦੀ ਤਰ੍ਹਾਂ ਦਲਿਤ ਸਮਾਜ ਉੱਤੇ ਦਾ ਖੇਡਣ ਵਾਲੀ ਬਸਪਾ ਨੂੰ ਦਲਿਤਾਂ ਦਾ ਕਿੰਨਾ ਸਮਰਥਨ ਮਿਲਦਾ ਹੈ ਇਹ ਵੇਖਣਾ ਬਾਕੀ ਹੈ। ਦਲਿਤ ਸਮਾਜ ਵੀ ਕਈ ਹਿੱਸਿਆਂ ਵਿੱਚ ਵੋਟਰ ਦੇ ਤੌਰ ਤੇ ਵੰਡਿਆ ਜਾਣ ਕਾਰਨ ਬਸਪਾ ਨੂੰ ਸੰਗਰੂਰ ਜਾਂ ਮਾਲਵੇ ਖਿੱਤੇ ਵਿੱਚ ਵਧੇਰੇ ਸਫਲਤਾ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਦੇਸ਼ ਦੀ ਸੱਤਾ ਤੇ ਕਾਬਜ ਭਾਰਤੀ ਜਨਤਾ ਪਾਰਟੀ ਨੂੰ ਜਿੱਥੇ ਅਰਬਨ ਏਰੀਆ ਦੇ ਵਿੱਚ ਸਮਰਥਨ ਮਿਲਦਾ ਦਿਖਾਈ ਦਿੰਦਾ ਹੈ, ਉੱਥੇ ਹੀ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਲਗਾਤਾਰ ਵਿਰੋਧ ਕਾਰਨ ਸਥਿਤੀ ਕਮਜ਼ੋਰ ਬਣੀ ਹੋਈ ਹੈ। ਅਗਲੇ ਦਿਨਾਂ ਵਿੱਚ ਲੋਕ ਸਭਾ ਚੋਣਾਂ ਦੀਆਂ ਵਧਦੀਆਂ ਸਰਗਰਮੀਆਂ ਵਿੱਚ ਕੀ ਬਣਨਾ ਹੈ ਇਹ ਤਾਂ ਸਮੇਂ ਦੇ ਗਰਭ ਵਿੱਚ ਹੈ। ਬਿਊਰੋ ਰਿਪੋਰਟ, ਐਨਜਡ, ਪੰਜਾਬੀ ਨਿਊਜ਼।